ਅਤੇ 2,70,000 ਦੇ ਵਿੱਚ ਆਪਣੇ ਹਸਬੈਂਡ ਨੂੰ ਮਾਰਨ ਦੀ ਉਹਨੇ ਡੀਲ ਕਰ ਲਈ। ਜਿਹੜਾ ਅਰਸ਼ਦੀਪ ਹੈ ਇਹਨੇ ਆਪਣੇ ਰਿਲੇਟਿਵ ਦਾ ਲਾਇਸੈਂਸਡ ਪਿਸਟਲ ਚੋਰੀ ਕੀਤਾ, ਉਹਨਾਂ ਨੂੰ ਪਤਾ ਵੀ ਨਹੀਂ ਲੱਗਿਆ, ਅਤੇ ਉਹ ਲਿਆ ਕੇ ਇਹਨੂੰ ਵਰਿੰਦਰ ਨੂੰ ਦਿੱਤਾ। ਅਤੇ ਮੋਟਰਸਾਈਕਲ ਜਿਹੜਾ ਯੂਜ਼ ਹੋਇਆ ਕ੍ਰਾਈਮ 'ਚ ਉਹ ਵੀ ਅਰਸ਼ਦੀਪ ਦਾ ਸੀਗਾ, ਬਲੈਕ ਕਲਰ ਦਾ ਸਪਲੈਂਡਰ। ਇਹ ਸਾਰੇ ਚੀਜ਼ਾਂ ਅਸੀਂ ਸਾਰੇ ਅਕਿਊਜ਼ ਨੂੰ ਅਰੈਸਟ ਕਰ ਲਿਆ ਹੈ, ਅਰਸ਼ਦੀਪ ਸਿੰਘ, ਵਰਿੰਦਰ ਸਿੰਘ ਅਤੇ ਸਤਨਾਮ ਕੌਰ। ਮਰਡਰ ਦੇ ਵਿੱਚ ਯੂਜ਼ ਹੋਇਆ ਵੈਪਨ 0.32 ਬੋਰ ਪਿਸਟਲ, ਉਹ ਵੀ ਰਿਕਵਰ ਹੋ ਗਿਆ ਹੈ, ਅਤੇ ਸਪਲੈਂਡਰ ਵੀ ਰਿਕਵਰ, ਜਿਹੜਾ ਮੋਟਰਸਾਈਕਲ ਸੀਗਾ ਕ੍ਰਾਈਮ 'ਚ ਯੂਜ਼ ਹੋਇਆ ਉਹ ਵੀ ਰਿਕਵਰ ਹੋ ਗਿਆ। ਸਾਢੇ 3 ਵਜੇ ਸ਼੍ਰੀ ਹਰਿੰਦਰ ਸਿੰਘ ਸਨਾ ਫਰਭਜਨ ਸਿੰਘ, ਰੈਜੀਡੈਂਟ ਆਫ ਕਨਪੁਰ ਕਾਲੇ, ਇਹ ਆਪਣੇ ਵਾਈਫ ਅਤੇ 2 ਛੋਟੇ ਬੱਚਿਆਂ ਦੇ ਨਾਲ ਜਾ ਰਹੇ ਸੀਗੇ ਘਰੋਂ ਟੂਵਰਡਸ ਗੋਲਡਨ ਟੈਂਪਲ, ਅਤੇ ਇਹਨਾਂ 'ਤੇ ਕਿਸੇ ਵਿਅਕਤੀ ਨੇ ਪਿੱਛੋਂ ਮੋਟਰਸਾਈਕਲ 'ਤੇ ਆਇਆ, ਚੱਲਦੇ ਮੋਟਰਸਾਈਕਲ ਤੋਂ 2 ਗੋਲੀਆਂ ਫਾਇਰ ਕੀਤੀਆਂ ਜੋ ਇਹਨਾਂ ਦੇ ਸਿਰ 'ਚ ਲੱਗੀਆਂ, ਜਿਸ ਕਰਕੇ ਇਹਨਾਂ ਦੀ ਸਪੋਟ 'ਤੇ ਡੈਥ ਹੋ ਗਈ ਅਤੇ ਉਹ ਮੋਟਰਸਾਈਕਲ ਵਾਲਾ ਉੱਥੋਂ ਫਰਾਰ ਹੋ ਗਿਆ। ਇਨਫੋਰਮੇਸ਼ਨ ਮਿਲਣ ਤੋਂ ਬਾਅਦ ਹੀ ਸਾਡੇ SHO ਸਾਹਿਬ ਚਾਟਾ, ਸਾਡੇ ADCP ਸਿਟੀ 2 ਅਤੇ ਉੱਥੇ ਦੇ ਹਲਕਾ GO, ਮੈਂ ਖੁਦ, ਬਾਕੀ ਸਾਡੀਆਂ CIA ਐਂਡ ਐਂਟੀ ਗੈਂਗਸਟਰ ਸਟਾਫ ਦੀਆਂ ਟੀਮਸ ਇੱਕਦਮ ਐਕਟਿਵ ਹੋ ਗਈਆਂ। FIR ਨੰਬਰ 133 ਡੇਟਡ 12 June 2022 ਅੰਡਰ ਸੈਕਸ਼ਨ 300 2 379 B 2 2554 ਆਰਮਸ ਐਕਟ, ਥਾਣਾ ਚਾਟਾ, ਅੰਮ੍ਰਿਤਸਰ ਰਜਿਸਟਰ ਕੀਤੀ ਗਈ। ਇਸ ਕੌਂਸਪਰੇਸੀ ਦੇ ਵੀ ਸੈਕਸ਼ਨ ਲੱਗੇ ਹੈਗੇ। ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਕਾਫੀ ਸਾਰੇ ਲੀਡਸ ਮਿਲੇ ਅਲੱਗ ਅਲੱਗ, ਜਿਨ੍ਹਾਂ 'ਤੇ ਅਸੀਂ ਵਰਕ ਕੀਤਾ, ਅਤੇ ਅਲਟੀਮੇਟਲੀ ਅਸੀਂ ਸਕਸੈਸਫੁਲ ਹੋਏ ਇਸ ਮਰਡਰ ਨੂੰ ਟਰੇਸ ਕਰਨ ਦੇ ਵਿੱਚ। ਇਹ ਕਲੀਅਰ ਹੋਇਆ ਕਿ ਇਹ ਜਿਹੜਾ ਮਰਡਰ ਹੈ ਉਹਨਾਂ ਦੀ ਵਾਈਫ ਸਤਨਾਮ ਕੌਰ ਨੇ ਹੀ ਕਰਵਾਇਆ ਹੈ। ਜਿਹੜੇ ਡਿਸੀਜ਼ ਸੀਗੇ ਇਹ ਦੁਬਈ ਰਹਿੰਦੇ ਸੀ ਅਤੇ ਉੱਥੋਂ ਕੁਛ ਦਿਨ ਪਹਿਲਾਂ ਹੀ ਵਾਪਸ ਆਏ ਸੀ, ਅਤੇ ਉਹਨਾਂ ਦੀ ਵਾਈਫ ਦੇ ਇਲੀਸਿਟ ਰਿਲੇਸ਼ਨਸ਼ਿਪ ਹੋ ਗਏ ਸੀਗੇ ਵਨ ਆਫ ਦਾ ਅਕਿਊਜ਼ਡ ਅਰਸ਼ਦੀਪ ਸਨ ਆਫ ਗੋਪਾਲ ਸਿੰਘ, ਰੈਜੀਡੈਂਟ ਆਫ ਗੁਰਦੁਆਰਾ ਬਾਬਾ ਦਰਸ਼ਨ ਸਿੰਘ ਦੇ ਲਾਗੇ ਪਿੰਡ ਕਨਪੁਰ ਕਾਲੇ। ਉਹਨਾਂ ਦੇ ਨਾਲ ਇਹਦੇ ਰਿਲੇਸ਼ਨ ਸੀਗੇ, ਅਤੇ ਇਹਦੇ ਹਸਬੈਂਡ ਨੂੰ ਲੇਡੀ ਦੇ ਜਿਨ੍ਹਾਂ ਦੀ ਡੈਥ ਹੋ ਗਈ ਉਹਨੂੰ ਪਤਾ ਲੱਗ ਗਿਆ, ਉਹਨੇ ਕਾਫੀ ਇੰਨਾ ਝਗੜਾ ਕਰਿਆ ਸੀਗਾ, ਅਤੇ ਜਿਸ ਤੋਂ ਤੰਗ ਆ ਕੇ ਇਹਨੇ ਆਪਣੇ ਪੈਰਾਮੋਰ ਅਰਸ਼ਦੀਪ ਨੂੰ ਕਿਹਾ ਕਿ ਵੀ ਕੋਈ ਕੰਟਰੈਕਟ ਕਿਲਰ ਲੱਭੋ, ਅਤੇ ਉਹਨੇ ਵਰਿੰਦਰ ਸਿੰਘ ਸਨ ਆਫ ਜਤਿੰਦਰ ਸਿੰਘ, ਪਿੰਡ ਗੋਇੰਦਵਾਲ ਸਾਹਿਬ ਹਾਲ ਨਜ਼ਦੀਕ ਗੁਰਦੁਆਰਾ ਬਾਬਾ ਦਰਸ਼ਨ ਸਿੰਘ ਪਿੰਡ ਕਨਪੁਰ ਕਾਲੇ, ਇਹਨੂੰ ਕੰਟੈਕਟ ਕੀਤਾ, ਅਤੇ 2,70,000 ਦੇ ਵਿੱਚ ਆਪਣੇ ਹਸਬੈਂਡ ਨੂੰ ਮਾਰਨ ਦੀ ਉਹਨੇ ਡੀਲ ਕਰ ਲਈ। ਜਿਹੜਾ ਅਰਸ਼ਦੀਪ ਹੈ ਇਹਨੇ ਆਪਣੇ ਰਿਲੇਟਿਵ ਦਾ ਲਾਇਸੈਂਸਡ ਪਿਸਟਲ ਚੋਰੀ ਕੀਤਾ, ਉਹਨਾਂ ਨੂੰ ਪਤਾ ਵੀ ਨਹੀਂ ਲੱਗਿਆ, ਅਤੇ ਉਹ ਲਿਆ ਕੇ ਇਹਨੂੰ ਵਰਿੰਦਰ ਨੂੰ ਦਿੱਤਾ। ਅਤੇ ਮੋਟਰਸਾਈਕਲ ਜਿਹੜਾ ਯੂਜ਼ ਹੋਇਆ ਕ੍ਰਾਈਮ 'ਚ ਉਹ ਵੀ ਅਰਸ਼ਦੀਪ ਦਾ ਸੀਗਾ, ਬਲੈਕ ਕਲਰ ਦਾ ਸਪਲੈਂਡਰ। ਅਤੇ ਇਹ ਸਾਰੇ ਚੀਜ਼ਾਂ ਅਸੀਂ ਸਾਰੇ ਅਕਿਊਜ਼ ਨੂੰ ਅਰੈਸਟ ਕਰ ਲਿਆ ਹੈ, ਅਰਸ਼ਦੀਪ ਸਿੰਘ, ਵਰਿੰਦਰ ਸਿੰਘ ਅਤੇ ਸਤਨਾਮ ਕੌਰ। ਮਰਡਰ ਦੇ ਵਿੱਚ ਯੂਜ਼ ਹੋਇਆ ਵੈਪਨ 0.32 ਬੋਰ ਪਿਸਟਲ, ਉਹ ਵੀ ਰਿਕਵਰ ਹੋ ਗਿਆ ਹੈ, ਅਤੇ ਸਪਲੈਂਡਰ ਵੀ ਰਿਕਵਰ, ਜਿਹੜਾ ਮੋਟਰਸਾਈਕਲ ਸੀਗਾ ਕ੍ਰਾਈਮ 'ਚ ਯੂਜ਼ ਹੋਇਆ ਉਹ ਵੀ ਰਿਕਵਰ ਹੋ ਗਿਆ, ਅਤੇ ਮੌਕੇ ਤੋਂ ਐਮਟੀ ਕੇਸਿਸ ਵੀ ਰਿਕਵਰ ਹੋਏ। ਇਨਵੈਸਟੀਗੇਸ਼ਨ ਦੌਰਾਨ ਹੋਰ ਐਵੀਡੈਂਸ ਇਕੱਠੇ ਕਰੇ ਜਾ ਰਹੇ ਹੈ, ਅਤੇ ਇਸ ਕੇਸ ਨੂੰ ਟਰੇਸ ਕਰਨ ਦੇ ਵਿੱਚ ਸਾਰੀ ਟੀਮ ਨੇ ਬੜਾ ਅਹਿਮ ਰੋਲ ਨਿਭਾਇਆ ਹੈ। ਉੱਥੇ ਦੇ ਜਿਹੜੇ ਲੋਕਲ ਪਬਲਿਕ ਹੈ, ਜਿਹੜੇ ਰੈਜੀਡੈਂਟਸ ਹੈ, ਉਹਨਾਂ ਨੇ ਵੀ ਬੜੀ ਹੈਲਪ ਕਰੀ। ਈਵਨ ਮੀਡੀਆ ਪਰਸਨਸ ਸਾਡੇ ਵਿੱਚ ਹੀ ਹਨ ਜਿਹੜੇ ਅੱਜ ਇੰਟਰਵਿਊ ਲੈ ਰਹੇ, ਉਹਨਾਂ ਨੇ ਵੀ ਸਾਨੂੰ ਵਿੱਚ ਵਿੱਚ ਕਲਿਊਜ਼ ਦੱਸੇ ਕਿ ਸਰ ਆਹ ਵੀ ਚੈੱਕ ਕਰ ਲਓ, ਇੱਥੇ ਵੀ ਦੇਖ ਲਓ। ਸੋ ਵੀ ਆਰ ਥੈਂਕਫੁਲ ਟੂ ਆਲ ਆਫ ਯੂ। ਜੈ ਹਿੰਦ।
मैं दस्या भी हले ताज़ा ही आज सवेरे इंसीडेंट होया है, असी अरेस्ट कर लिया हले, इन्वेस्टिगेशन जारी है। वैसे यह गतका वगैरह खेलता है तो साडा पिंड च काम करता है। ये वैसे ही लोकल ही लड़का है, हले असी इन्वेस्टिगेशन कर रहे हैं। ये अराउंड 20 के करीब हो रही अराउंड 29 के करीब 28-29। हाँ एक्चुअली ये पहला ही प्लैंड कॉन्स्पिरेसी सी, उन्होंने एम्बुश करके मारना ही सी। जदों ये घरों निकले है उदों तो ही इन्हां ते वाच रखी जा रही सी, ते कम्युनिकेशन सीगा ते उन्हें मार दिता। हार्डली मैं ख्याल कर 13 डेज के करीब। ये देखो ऑपरेशनल डिटेल्स मैं हमेशा ही ये कहना है कि हाँ मैं उत्ते काफ़ी देर अपनी टीम के नाल सीगा, इन्हां दे जो भी डिटेक्टिव ऑपरेशन चल रहे थे उन्हां नूं गाइड भी कर रहा सी, इन्हां नूं इंस्पायर भी कर रहा सी। ਜਿਹਦਾ ਸਿਰ ਪਿਸਟਲ ਚੋਰੀ ਕੀਤਾ ਗਿਆ ਉਹਦੇ ਤੇ ਵੀ ਕਾਰਵਾਈ ਕੀਤੀ? ਅਸੀਂ ਹਲੇ ਇਨਵੈਸਟੀਗੇਸ਼ਨ ਕਰ ਰਹੇ ਹਾਂ, ਇਹ ਉਹਨਾਂ ਦੀ ਨੌਲੇਜ ਨਾ ਹੋਇਆ ਫਿਰ ਹੋਏਗੀ, ਉਹਨਾਂ ਨੂੰ ਪਤਾ ਹੀ ਨਹੀਂ ਹੈ ਚੋਰੀ ਹੋਇਆ ਤਾਂ ਫਿਰ ਉਹਨਾਂ ਦਾ ਕਸੂਰ। ਪੈਸੇ ਕੁਝ ਦਿੱਤੇ ਵੀ ਗਏ ਸੀਗੇ ਸਰ? ਦੇਣੇ ਸੀਗੇ 3,000 ਹਲੇ ਦਿੱਤੇ ਸੀਗੇ, ਬਾਕੀ ਹਾਂਜੀ।